ਮੈਂ ਅਮਰਿਤ ਕੌਰ ਗਿੱਲ, ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ, ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕਰਫਿਊ ਲਾਇਆ ਗਿਆ। ਮੈਂ ਅੱਜ ਤੁਹਾਨੂੰ ਯਾਦ ਕਰਾਉਣਾ ਚਾਹੁੰਦੀ ਹਾਂ ਕਿ ਪੰਜਾਬੀਆਂ ਦੀ ਸਦੀਆਂ ਤੋਂ ਵੱਡੀਆਂ ਜੰਗਾਂ ਨੂੰ, ਵੱਡੇ ਮੁਸ਼ਕਲਾਂ ਨੂੰ ਹੌਸਲੇ ਦੇ ਜ਼ਿੰਮੇਵਾਰੀ ਨਾਲ ਜਿੱਤਣ ਦੀ ਪ੍ਰਥਾ ਰਹੀ ਹੈ। ਅੱਜ ਵੀ ਤੁਹਾਡੇ ਤੋਂ ਆਸ ਕਰਦੀ ਹਾਂ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਘਰਾਂ ਵਿੱਚ ਰਹਿ ਕੇ ਕੋਰੋਨਾ ਦੇ ਖਿਲਾਫ ਜਿਹੜੀ ਇਹ ਜੰਗ ਅਸੀਂ ਸਾਰੇ ਹੀ ਲੜ ਰਹੇ ਹਾਂ ਉਹਨੂੰ ਜਿੱਤੋਗੇ। ਇਸ ਜੰਗ ਨੂੰ ਜਿੱਤਣ ਲਈ ਤੁਸੀਂ ਸਿਰਫ ਇੰਨਾ ਕੰਮ ਕਰਨਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਸੁਰੱਖਿਅਤ ਰਹੋ, ਘਰਾਂ ਵਿੱਚ ਰਹਿ ਕੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ। ਤੁਹਾਡੇ ਤੱਕ ਸਾਰੀਆਂ ਜ਼ਰੂਰੀ ਚੀਜ਼ਾਂ ਇਹ ਸਾਡੀ ਪੰਜਾਬ ਸਰਕਾਰ ਦੀ ਥਰੂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜ਼ਿੰਮੇਵਾਰੀ ਹੈ ਪਹੁੰਚਾਉਣ ਦੀ, ਉਹ ਸਾਰੀਆਂ ਸਮੇਂਬੱਧ ਤਰੀਕੇ ਨਾਲ ਮਿਲ ਰਹੀਆਂ, ਜਿਵੇਂ ਕਿ ਤੁਹਾਡੀ ਰਾਸ਼ਨ ਜਿਹੜਾ ਕਿ ਬੇਸਿਕ ਬਿਲਕੁਲ ਹੁੰਦਾ, ਸਬਜ਼ੀਆਂ, ਐਲ ਪੀ ਜੀ ਦੀ ਜਿਹੜੀ ਹੈਗੀ ਹੈ ਜਾਂ ਦੁੱਧ, ਉਹ ਸਾਰਾ ਕੁਝ ਤੁਹਾਡੇ ਕੋਲ ਜਾ ਰਿਹਾ। ਫੈਂਸੀ ਚੀਜ਼ਾਂ ਨਹੀਂ, ਹੁਣ ਸਾਨੂੰ ਸਰਵਾਈਵਲ ਦਾ ਮਸਲਾ। ਇਸ ਤੋਂ ਇਲਾਵਾ ਜਿਹੜੀ ਸਾਡੀ ਤੁਹਾਡੇ ਕਿਸੇ ਬੰਦੇ ਨੂੰ ਕੋਈ ਮੈਡੀਕਲ ਪ੍ਰੋਬਲਮ ਹੈਗੀ ਹੈ ਜਾਂ ਦਵਾਈ ਦੀ ਜ਼ਰੂਰਤ ਹੈ, ਉਹ ਵੀ ਅਸੀਂ ਇੰਤਜ਼ਾਮ ਕੀਤਾ ਹੋਇਆ ਕਿ ਤੁਹਾਨੂੰ ਲੋੜ ਮੁਤਾਬਕ, ਜੈਨੂਅਨ ਲੋੜ ਮੁਤਾਬਕ ਉਹ ਤੁਹਾਡੇ ਘਰ ਮੁਹੱਈਆ ਕਰਵਾਈਆਂ ਜਾਣ। ਤੁਹਾਡੇ ਸਾਰਿਆਂ ਵਾਸਤੇ ਮੈਂ ਇੱਕ ਚੀਜ਼ ਦੱਸਣੀ ਚਾਹੂੰਗੀ ਕਿ ਜਿਹੜੀ ਵੈਸੇ ਵੀ ਸਾਡੇ ਡਿਫਰੈਂਟ ਚੈਨਲਸ ਦੇ ਉੱਤੇ ਇਹ ਤੁਹਾਡੇ ਤੱਕ ਪਹੁੰਚਿਆ ਹੋਇਆ ਕਿ ਸਾਡਾ ਇੱਕ ਮੈਡੀਕਲ ਹੈਲਪਲਾਈਨ ਨੰਬਰ ਹੈ ਜਿਹੜਾ ਕਿ ਤੁਸੀਂ ਨੋਟ ਵੀ ਕਰ ਸਕਦੇ ਹੋ, ਉਹ ਹੈਗਾ 01763232136। ਇਸ 'ਤੇ ਤੁਸੀਂ ਮੈਡੀਕਲ ਜਿਹੜੀ ਹੈਗੀ ਆਪਦੀ ਕਿਸੇ ਕਿਸਮ ਦੀ ਤੁਹਾਨੂੰ ਲੋੜ ਹੈਗੀ ਹੈ ਤਾਂ ਉਹ ਆਪਦੀ ਕਾਲ ਕਰਕੇ ਦੱਸ ਸਕਦੇ ਹੋ ਅਤੇ ਉਹ CMO ਦਫ਼ਤਰ ਵਾਲੇ ਇਹਨੂੰ ਰਿਸਪੋਂਡ ਕਰਨਗੇ। ਦੂਸਰਾ, ਅਸੀਂ ਇੱਕ ਕੰਟਰੋਲ ਰੂਮ ਬਣਾਇਆ ਹੋਇਆ, ਉਹ ਹੈਗਾ DC ਦਫ਼ਤਰ ਦੇ ਵਿੱਚ, ਉਹ 24 ਘੰਟੇ ਚੱਲਦਾ, ਉਹਦਾ ਵੀ ਨੰਬਰ ਤੁਸੀਂ ਨੋਟ ਕਰ ਸਕਦੇ ਹੋ, ਉਹ ਹੈ 01763232217। ਸੋ ਮੈਂ ਇੱਕ ਵਾਰ ਫਿਰ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਤੁਹਾਡੇ ਸਾਰਿਆਂ ਤੋਂ ਇਸ ਜੰਗ ਨੂੰ ਜਿੱਤਣ ਵਾਸਤੇ ਤਾਕੀਦ ਕਰਦੀ ਹਾਂ ਕਿ ਸਾਰੇ ਹੀ ਸਾਡੇ ਨਾਲ ਸਾਥ ਸਹਿਯੋਗ ਦਿਓ ਤਾਂ ਕਿ ਆਪਾਂ ਸਾਰੇ ਹੀ ਸੁਰੱਖਿਅਤ ਰਹੀਏ ਅਤੇ ਆਪਣਾ ਜਿਹੜਾ ਖੁਸ਼ਹਾਲ ਪੰਜਾਬ ਉਹਨੂੰ ਕਾਇਮ ਰੱਖੀਏ।